ਅਸੀਂ ਆਪਣੇ ਦੇਸ਼ ਵਿੱਚ ਪਰਿਆਵਰਨ ਵੱਲ ਕੁਝ ਖਾਸ ਧਿਆਨ ਨਹੀਂ ਦਿੰਦੇ, ਜਦਕਿ ਵਿਕਸਿਤ ਦੇਸ਼ ਹਰਿਆਲੀ ਦੇ ਮਾਮਲੇ 'ਚ ਅੱਗੇ ਹੀ ਨੇ। ਪਰ ਹਰਿਆਲੀ ਦੇ ਨਾਲ ਨਾਲ ਪ੍ਰਕਿਰਤੀ ਦੀ ਸੁੰਦਰਤਾ ਨੂੰ ਫੈਲਾਉਣ ਵਿੱਚ ਵੀ ਕਾਫ਼ੀ ਮਸਰੂਫ ਰਹਿੰਦੇ ਨੇ। ਹਾਲੈਂਡ ਯਾਨੀ ਕਿ ਨੈਦਰਲੈਂਡਸ ਵਿੱਚ ਪਿਛਲੇ 75 ਸਾਲਾਂ ਤੋਂ ਡੱਚ ਫਲਾਵਰ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਵਾਰੀ ਇਹ ਪਰੇਡ ਕੁਕਨਹਾਫ ਸ਼ਹਿਰ ਵਿੱਚੋਂ ਕੱਢੀ ਗਈ। ਇਸ ਵਿੱਚ ਹਾਲੈਂਡ ਦੇ ਮਸ਼ਹੂਰ ਟਿਊਲਿਪ ਅਤੇ ਹੋਰ ਕਈ ਕਿਸਮਾਂ ਦੇ ਫੁੱਲਾਂ ਦੀ ਨੁਮਾਇਸ਼ ਕੀਤੀ ਗਈ। ਇਸ ਸ਼ੋਅ ਦੀਆਂ ਟਿਕਟਾਂ ਬਹੁਤ ਹੀ ਮਹਿੰਗੀਆਂ ਹੁੰਦੀਆਂ ਨੇ ਤੇ ਸਥਾਨਕ ਨਿਵਾਸੀਆਂ ਤੋਂ ਇਲਾਵਾ ਹੋਰ ਦੇਸ਼ਾਂ ਦੇ ਟੂਰਿਸਟ ਵੀ ਇਸ ਨੂੰ ਵੇਖਣ ਆਉਂਦੇ ਨੇ। ਇਸ ਵਾਰੀ ਇਸ ਪਰੇਡ ਨੂੰ ਵੇਖਣ 10 ਲੱਖ ਤੋਂ ਵੱਧ ਟੂਰਿਸਟ ਕੋਰੋਨਾ ਦੇ ਡਰ ਦੇ ਬਾਵਜੂਦ ਪੁੱਜੇ। ਸ਼ੋਅ ਦੀਆਂ ਟਿਕਟਾਂ ਕਈ ਦਿਨ ਪਹਿਲਾਂ ਹੀ ਵਿਕ ਚੁੱਕੀਆਂ ਸਨ। ਅਲੱਗ ਅਲੱਗ ਟਾਈਮ ਸਲੋਟਸ ਦੀਆਂ ਟਿਕਟਾਂ 6 ਤੋਂ ਲੈ ਕੇ 4 ਯੂਰੋ ਤੱਕ ਵਿਕੀਆਂ। ਹੁਣ ਇਹ ਫਲਾਵਰ ਸ਼ੋਅ ਇੰਨਾ ਮਸ਼ਹੂਰ ਕਿਉਂ ਹੈ, ਇਹ ਤਾਂ ਤੁਹਾਨੂੰ ਇਹਨਾਂ ਫੁੱਲਾਂ ਨੂੰ ਵੇਖ ਕੇ ਹੀ ਪਤਾ ਚੱਲੂ।